ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਨੇ ਬਖਸ਼ਿਸ਼ ਕਿਰਪਾਲਤਾ ਕਰਕੇ ਸਾਨੂੰ ਆਪਣੇ ਪਾਵਨ ਅਸਥਾਨਾਂ ਦੀ ਯਾਤਰਾ ਦਰਸ਼ਨ ਦੀਦਾਰ ਸੇਵਾ ਬਖਸ਼ੀ ਹੈ ਇਹ ਸਮੇਂ ਨੂੰ ਚੰਗੇ ਪਾਸੇ ਲਾਈਏ ਮਹਾਰਾਜ ਦਾ ਪਵਿੱਤਰ ਇਤਿਹਾਸ ਜੋ ਆਪਾਂ ਸੁਣ ਸੁਣਾ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀਆਂ ਸਾਖੀਆਂ ਉਹ ਪਾਵਨ ਪ੍ਰਸੰਗ ਆਪਾਂ ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੀਏ ਕੱਲ੍ਹ ਇੱਥੋਂ ਤਿੱਕਰ ਕਥਾ ਸੁਣੀ ਹੈ ਵੀ ਜਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਸੀ ਦਿੱਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਉਹ ਪੰਜਾਂ ਦਿਨਾਂ ਬਾਅਦ ਆਣ ਪਹੁੰਚਿਆ ਭਾਈ ਗੁਰਦਿੱਤੇ ਦੇ ਨਾਲ ਉਹਦਾ ਮੇਲ ਮਿਲਾਪ ਹੋਇਆ ਹੈ ਬਾਹਰ ਸਨ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣਾ
ਸ੍ਰੀ ਗੁਰਦਿੱਤਾ ਜੀ ਨੇ ਕਿਹਾ ਸਾਹਿਬ ਚੰਦ ਨੂੰ ਜਿਹੜਾ ਗੁਰੂ ਸਾਹਿਬ ਦਾ ਸੁਨੇਹਾ ਲੈ ਕੇ ਆਇਆ ਦਸਵੇਂ ਪਾਤਸ਼ਾਹ ਦਾ, ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛ ਕੇ ਫਿਰ ਦੱਸਾਂਗਾ ਮਹਾਰਾਜ ਦੀ ਮਰਜ਼ੀ ਕੀ ਹੈ। ਸਤਿਗੁਰੂ ਸਾਹਿਬ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਸੀ। ਸਿੱਖ ਗਿਆ ਕੋਲ ਗੁਰਦਿੱਤਾ, ਜਦੋਂ ਸਮਾਂ ਮਿਲਿਆ ਵੀ ਦੱਸਿਆ ਸਤਿਗੁਰੂ ਜੀ ਇਵੇਂ ਇੱਕ ਸਿੱਖ ਆਇਆ ਹੈ ਸਾਹਿਬ ਚੰਦ, ਉਹ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ। ਉਹਨਾਂ ਨੂੰ ਤੁਹਾਡੇ ਸਾਹਿਬਜ਼ਾਦੇ ਮਾਤਾ ਜੀ ਤੁਹਾਡੇ ਮਹਿਲ ਅਤੇ ਸੰਗਤਾਂ ਨੇ ਭੇਜਿਆ ਹੈ। ਸਤਿਗੁਰੂ ਕਹਿੰਦੇ ਉਹਨੂੰ ਕਿਹਾ ਕੋਈ ਨਹੀਂ, ਰਾਤ ਸਿਮਰਨ ਕਰ, ਸਵੇਰੇ ਅਸੀਂ ਆਪੇ ਹੀ ਸੱਦ ਲਾਂਗੇ। ਉਹ ਸਿੱਖ ਚਲਾ ਗਿਆ ਬਾਹਰ ਬਾਹਰ ਕਿਤੇ ਨਗਰ ਤੋਂ, ਬੰਦਗੀ ਕਰਦਾ ਰਿਹਾ ਸਾਰੀ ਰਾਤ। ਇੱਧਰ ਸਤਿਗੁਰਾਂ ਦੇ ਦੁਆਲੇ ਸਖਤ ਪਹਿਰਾ ਹੈ, ਸਿਪਾਹੀ ਖੜ੍ਹੇ ਨੇ, ਦਰੋਗਾ ਵੀ ਘਰੇ ਨਹੀਂ ਜਾਂਦਾ ਹੁਣ ਮਹਾਰਾਜ ਦੇ ਲਾਗੇ ਰਹਿੰਦਾ ਵੀ ਕਿਤੇ ਭੱਜ ਨਾ ਜਾਣ। ਅੱਧੀ ਕੁ ਰਾਤ ਹੋਈ ਕਿ ਵੇਖਦੇ ਵੀ ਅਚਾਨਕ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ 'ਚ ਹੈ ਹੀ ਨਹੀਂ। ਬਾਹਰ ਜਿੰਦਰੇ ਵੀ ਵੱਜੇ ਆ, ਸੰਗਲ ਉੱਦਾਂ ਲੱਗੇ, ਪਰ ਮਹਾਰਾਜ ਤਾਂ ਦਿਖਦੇ ਨੇ। ਬੜੀ ਭੱਜ ਨੱਸ ਕੀਤੀ, ਸਾਰਾ ਠਾਣਾ ਫੋਲਿਆ, ਕੋਠੇ 'ਤੇ ਚੜ੍ਹ ਗਏ, ਨਾ ਉੱਤੇ ਨਾ ਥੱਲੇ, ਕਿਧਰੇ ਭਾਲਿਆਂ ਨਾ ਲੱਭੇ। ਦਰੋਗਾ ਕਹਿੰਦਾ ਵੀ ਹੁਣ ਤਾਂ ਇਹ ਸਵੇਰ ਚੜ੍ਹਨ ਤੋਂ ਪਹਿਲਾਂ ਨੱਸ ਹੀ ਜਾਈਏ, ਨਹੀਂ ਤਾਂ ਉਹ ਰੰਗ ਜੇ ਮਾਰ ਦੂ ਆਪਾਂ ਨੂੰ, ਨਾਲ ਟੱਬਰਾਂ ਨੂੰ ਮਾਰੂਗਾ। ਗੁਰੂ ਤੇਗ ਬਹਾਦਰ ਸਾਹਿਬ ਜੇ ਨਾ ਇੱਥੇ ਪਿੰਜਰੇ 'ਚ ਸਵੇਰੇ ਹੁੰਦਿਆਂ ਹੋਏ ਤਾਂ ਸਾਡੇ 'ਤੇ ਬਾਦਸ਼ਾਹ ਬੜਾ ਨਾਰਾਜ਼ ਹੋਏਗਾ। ਇਵੇਂ ਸੋਚ ਵਿਚਾਰ ਕੇ ਫਿਰ ਇੱਕ ਕਹਿਣ ਲੱਗਾ ਵੀ ਕਈ ਵਾਰਾਂ ਪਹਿਲਾਂ ਵੀ ਆਪਾਂ ਸੁਣਦੇ ਰਹੇ ਵੀ ਸਿੱਖਾਂ ਦੇ ਘਰ ਗੁਰੂ ਤੇਗ ਬਹਾਦਰ ਸਾਹਿਬ ਪ੍ਰਸ਼ਾਦਾ ਛਕਦੇ ਫਿਰ ਆ ਜਾਂਦੇ ਰਹੇ, ਕੋਈ ਨਹੀਂ ਆ ਜਾਣਗੇ। ਉਹਨਾਂ ਤੋਂ ਦੂਜਾ ਸਿਪਾਹੀ ਬੋਲਿਆ ਵੀ ਪਹਿਲਾਂ ਤਾਂ ਆ ਜਾਂਦੇ ਸਨ, ਪਰ ਇਸ ਵਾਰ ਉਹਨਾਂ ਨੂੰ ਆਪਾਂ ਪਿੰਜਰੇ 'ਚ ਕੈਦ ਕੀਤਾ ਨਾ, ਇਹਦਾ ਦੁੱਖ ਨਹੀਂ ਉਹਨਾਂ ਨੇ ਸਹਾਰਿਆ, ਤਾਂ ਚਲੇ ਗਏ ਹੋਣੇ ਨੇ। ਦਰੋਗਾ ਕਹਿੰਦਾ ਵੀ ਇੱਦਾਂ ਦੀ ਗੱਲ ਨਹੀਂ ਹੈ, ਮੈਂ ਰੋਜ਼ ਹੀ ਉਹਨਾਂ ਦੇ ਚਿਹਰੇ ਨੂੰ ਵੇਖਦਾ, ਪੜ੍ਹਦਾ ਹੈ ਹਾਵ ਭਾਵ ਵੀ ਕੋਈ ਬਦਲਾਵ ਆਇਆ। ਉਹ ਤਾਂ ਇੱਕ ਰਾਸੀ ਨੇ ਜਿੱਦਣ ਦੇ ਆਏ ਨੇ, ਭਾਵੇਂ ਪਿੰਜਰੇ 'ਚ ਪਾ ਤਾ, ਭਾਵੇਂ ਭੂਤ ਹਵੇਲੀ 'ਚ ਭੇਜੇ ਆ, ਭਾਵੇਂ ਕੈਦ 'ਚ ਰੱਖੇ ਆ, ਉਹਨਾਂ ਦੇ ਚਿਹਰੇ ਦਾ ਆਨੰਦ ਉਸੇ ਤਰ੍ਹਾਂ ਹੀ ਹੈ। ਕਰਾਮਾਤ ਹੀ ਹਨ, ਕਰਾਮਾਤਾਂ ਸ਼ਕਤੀਆਂ ਦੇ ਵਿੱਚ ਪੂਰੇ ਹਨ ਮਹਾਰਾਜ ਸਾਹਿਬ। ਸੋ ਇਸ ਪ੍ਰਕਾਰ ਦੇ ਨਾਲ ਦਰੋਗਾ ਜਿਹੜਾ ਹੈ ਉਹ ਕਹਿੰਦਾ ਫਿਰ ਇਉਂ ਕਰਦੇ ਹਾਂ ਵੀ ਆਪਾਂ ਸਤਿਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਹੀ ਕਰੀਏ, ਉਹਨਾਂ ਦਾ ਨਾਮ ਲਓ ਵੀ ਮਹਾਰਾਜ ਸਾਡੀ ਨੌਕਰੀ ਰਹਿ ਜਾਵੇ, ਸਾਡੀ ਜਾਨ ਬਚਦੀ ਕਰੋ। ਪਿੰਜਰੇ ਦੇ ਦੁਆਲੇ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆਂ ਸਿੰਘ ਬਾਅਦ 'ਚ ਮਾਰ ਲਏ ਹਾਂ। ਪਿੰਜਰੇ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਵਾਪਸ ਆਉਣ ਦੇ ਲਈ ਆਲੇ ਦੁਆਲੇ ਸਿੱਖ ਬੈਠ ਗਏ। ਵਾਹਿਗੁਰੂ ਪਿੰਜਰੇ ਦੇ ਆਲੇ ਦੁਆਲੇ ਉਹ ਸਿਪਾਹੀ ਬੈਠ ਗਏ, ਦਰੋਗਾ ਵੀ ਬੈਠ ਗਿਆ। ਕਹਿੰਦਾ ਜਪੋ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਨਾਮ ਕਿ ਮਹਾਰਾਜ ਕਿਰਪਾ ਕਰੋ, ਸਾਡੇ 'ਤੇ ਬਖਸ਼ਿਸ਼ ਕਰੋ, ਆਪ ਵਾਪਸ ਪ੍ਰਗਟ ਹੋ ਆਓ। ਇਵੇਂ ਰਾਤ ਲੰਘ ਗਈ, ਸਵੇਰ ਚੜ੍ਹਨ ਤੋਂ ਪਹਿਲਾਂ ਹੀ ਦਿਨ ਚੜ੍ਹਨ ਤੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉਸੇ ਤਰ੍ਹਾਂ ਪਿੰਜਰੇ ਜਾਨ ਪ੍ਰਗਟ ਹੋਏ। ਸਿਪਾਹੀਆਂ ਦੇ ਤਾਂ ਸਾਹ ਦੇ ਸਾਹ ਜਾਣ ਪੈ ਗਈ, ਮਰਦੇ ਜਾ ਰਹੇ ਸਨ, ਦਿਲ ਘੱਬ ਰਹੇ ਸੀ। ਆਪਣੀ ਡਿਊਟੀ ਪੂਰੀ ਹੋਈ ਤੋਂ ਘਰਾਂ ਨੂੰ ਸੁੱਖ ਨਾਲ ਗਏ ਵੀ ਜਾਨ ਬਚ ਗਏ। ਦਰੋਗਾ ਮਹਾਰਾਜ ਦੇ ਕੋਲ ਹੀ ਬੇਨਤੀਆਂ ਕਰਦਾ ਰਿਹਾ, ਕਹਿੰਦਾ ਪਾਤਸ਼ਾਹ ਜੀ ਮੈਨੂੰ ਆਪਣਾ ਸਿੱਖ ਬਣਾ ਲਓ, ਮੈਂ ਤੁਹਾਡੀ ਮਹਿਮਾ ਜਾਣ ਲਈ ਹੈ।
ਤੇ ਇਉਂ ਕਰੋ ਮੈਨੂੰ ਸਿੱਖ ਬਣਾਓ ਤੇ ਆਪਾਂ ਕੈਦ ਚੋਂ ਨਿਕਲ ਚੱਲਦੇ ਹਾਂ, ਤੁਹਾਡੇ ਨਾਲ ਰਹੂੰਗਾ ਸਾਰੀ ਉਮਰ, ਮੇਰੇ ਨਾਲ ਦੇ ਕੁਝ ਸਿਪਾਹੀ ਵੀ ਚੱਲਣਗੇ, ਤੁਹਾਡੀ ਸੇਵਾ ਕਰਾਂਗੇ। ਇਹ ਦੁਸ਼ਟ ਬੜਾ ਹੈ ਔਰੰਗਜ਼ੇਬ, ਇੱਥੇ ਕਾਹਤੋਂ ਤੁਸੀਂ ਕੈਦ 'ਚ ਸੰਕਟ ਝੱਲ ਰਹੇ ਹੋ। ਮਹਾਰਾਜ ਨੇ ਪ੍ਰੇਮੀ ਜਾਣ ਕੇ ਦਰੋਗੇ ਨੂੰ, ਇਹਦੇ ਭਾਗ ਚੰਗੇ ਜਾਗੇ ਜਾਣ ਕੇ ਸਾਰੀ ਗੱਲ ਸਮਝਾ ਦਿੱਤੀ ਵੀ ਅਸੀਂ ਅਸਲ ਦੇ ਵਿੱਚ ਸਾਰੀ ਖੇਡ ਇਹ ਭਾਣਾ ਆਪ ਹੀ ਵਰਤਾ ਰਹੇ ਹਾਂ, ਵੀ ਇਹਦੇ ਵਿੱਚ ਇਹਨਾਂ ਤੁਰਕਾਂ ਨੂੰ ਝੂਠਿਆਂ ਪਾ ਕੇ ਇਹਨਾਂ ਦਾ ਰਾਜ ਨਸ਼ਟ ਕਰਨਾ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਦੇ ਵਾਰ ਨਾਲ ਰਾਜ ਮਿਲਿਆ ਸੀ। ਜਦੋਂ ਮਹਾਰਾਜ ਨੇ ਬਾਬਰ ਨੂੰ ਰਾਜ ਬਖਸ਼ਿਆ ਉਦੋਂ ਇਹ ਕਿਹਾ ਸੀ ਵੀ ਜੇ ਤੁਹਾਡੀ ਕੁਲ 'ਚ ਠੀਕ ਰਹੂਗਾ ਕੰਮ ਤਾਂ ਰਾਜ ਭਾਗ ਪੁਸ਼ਤਾਂ ਤਾਂ ਹੀ ਕਰੋਗੇ, ਜੇ ਜ਼ੁਲਮ ਕਰੋਗੇ ਤਾਂ ਫਿਰ ਅਸੀਂ ਰਾਜ ਖੋਹ ਵੀ ਲਵਾਂਗੇ। ਹੁਣ ਮਹਾਰਾਜ ਕਹਿੰਦੇ ਇਹਨਾਂ ਦਾ ਰਾਜ ਭਾਗ ਤੁਰਕਾਂ ਦਾ, ਇਹਨਾਂ ਦੇ ਸਿਰ 'ਤੇ ਅਸੀਂ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਇਹਨਾਂ ਨੂੰ ਪਾਪੀ ਦੋਸ਼ੀ ਆਰੋਪ ਕੇ ਰਾਜ ਭਾਗ ਨਸ਼ਟ ਕਰਨਾ ਹੈ। ਤੂੰ ਵਹਿੰਦਾ ਰਹਿ ਦਰੋਗੇ, ਅੱਖਾਂ ਦੇ ਸਾਹਮਣੇ ਤੇਰੇ ਹੋਏਗਾ ਸਾਰਾ ਕੁਝ। ਇਹ ਅਸੀਂ ਆਪ ਹੀ ਭਾਣਾ ਵਰਤਾ ਰਹੇ ਹਾਂ, ਜੇ ਕੈਦ ਵਿੱਚੋਂ ਭੱਜਣਾ ਹੀ ਸੀ ਫਿਰ ਆਉਣਾ ਕਾਹਦੇ ਲਈ ਸੀ, ਅਸਾਂ ਸਾਨੂੰ ਕਿਤੇ ਲਿਆ ਸਕਦਾ ਸੀ ਕੋਈ ਕੈਦ ਵਿੱਚ? ਇੱਦਾਂ ਦੇ ਦਰੋਗੇ ਨਾਲ ਵਚਨ ਵਿਲਾਸ ਹੋਏ। ਦਿਨ ਚੜ ਆਇਆ, ਸਾਹਿਬ ਜੀ ਕਹਿਣ ਲੱਗੇ ਵੀ ਜੇ ਤੂੰ ਸੇਵਾ ਸਾਡੀ ਕਰਨੀ ਚਾਹੁੰਦਾ ਤਾਂ ਇਉਂ ਕਰ ਵੀ ਇੱਕ ਸਿੱਖ ਬਾਹਰ ਵਾਰ ਬੈਠਾ ਆ ਕੇ ਸਾਡਾ, ਉਹਨੂੰ ਸਾਡੇ ਕੋਲ ਲੱਭ ਕੇ ਲੈ ਆ। ਇਹ ਜਿਹੜੀ ਪਹਿਲਾਂ ਸਖਤਾਈ ਕੀਤੀ ਸੀ ਉਹ ਵੀ ਇਹਨੇ ਛੱਡ ਦਿੱਤੀ ਵੀ ਮਹਾਰਾਜ ਤਾਂ ਸਮਰੱਥ ਹੈ, ਸਾਡਾ ਪਹਿਰਾ ਕੀ ਕਰੂਗਾ, ਜੇ ਜਾਣਾ ਹੋ ਜਾ ਸਕਦੇ। ਪਹਿਲੀ ਗੱਲ ਇਹ ਆਪ ਹੀ ਕਹਿੰਦੇ ਅਸੀਂ ਨਹੀਂ ਜਾਣਾ। ਦਰੋਗਾ ਸਿੱਖ ਨੂੰ ਲੱਭ ਕੇ ਲੈ ਆਇਆ ਸਾਹਿਬ ਚੰਦ ਨੂੰ, ਗੁਰੂ ਤੇਗ ਬਹਾਦਰ ਸਾਹਿਬ ਦੇ ਹਜ਼ੂਰ ਮੁਲਾਕਾਤ ਦੇ ਲਈ ਲੈ ਕੇ ਆਉਂਦਾ ਹੈ। ਜਿਵੇਂ ਇਹਦੇ ਇੱਥੇ ਫਿਰ ਸਤਿਗੁਰਾਂ ਨਾਲ ਬਚਨ ਬਿਲਾਸ ਹੋਏ। ਇਹ ਸਾਖੀ ਆਪਾਂ ਅੱਗੇ ਸੁਣਾਂਗੇ, ਇੱਥੋਂ ਤੀਕਰ ਜਿਹੜੀ ਕਥਾ ਹੈ ਇਹ ਆਪਾਂ ਕੱਲ੍ਹ ਸੁਣੀ ਸੀ। ਜਿਵੇਂ ਮਹਾਰਾਜ ਸਾਹਿਬ ਨੂੰ ਇਹ ਬੇਨਤੀ ਕਰਦਾ, ਸਤਿਗੁਰੂ ਸਾਹਿਬ ਜੀ ਗੁਰਬਾਣੀ ਦੇ ਰੂਪ ਦੇ ਵਿੱਚ ਚਿੱਠੀ ਲਿਖ ਕੇ ਅਨੰਦਪੁਰ ਭੇਜਦੇ ਹਨ ਇਹ ਪ੍ਰਸੰਗ ਸੁਣਨ ਦੇ ਵਾਸਤੇ। ਮਹਾਰਾਜ ਦੇ ਚਰਨਾਂ ਦਾ ਧਰੀਏ ਧਿਆਨ ਰਸਨਾ ਕਰੋ, ਪਵਿੱਤਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਲੋ ਪਿੰਜਰ ਮੈਂ ਗੁਰੂ। ਜਦੋਂ ਸਾਧ ਸੰਗਤ ਜੀ ਉਹ ਦਰੋਗਾ ਮਹਾਰਾਜ ਦਾ ਹੁਕਮ ਮੰਨ ਕੇ ਅਤੇ ਉਸ ਸਾਹਿਬ ਚੰਦ ਸਿੱਖ ਨੂੰ ਦਿੱਲੀ ਦੇ ਬਾਹਰ ਬਾਹਰੋਂ ਲੱਭ ਕੇ ਗੁਰਾਂ ਦੇ ਪਾਸ ਲੈ ਆਇਆ, ਸਤਿਗੁਰੂ ਸਾਹਿਬ ਜੀ ਲੋਹ ਪਿੰਜਰੇ ਦੇ ਵਿੱਚ, ਲੋਹੇ ਦੇ ਪਿੰਜਰੇ 'ਚ ਕੈਦ ਹਨ। ਨਮੋ ਕਰੇ ਸਿੱਖ ਦੇਖ। ਜਦੋਂ ਸਿੱਖ ਪਹੁੰਚੇ ਆਉਂਦੇ ਹੀ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ। ਮੋਚਿਓ ਬਿਲੋਚਨ ਜਲ ਤਬ। ਪਰ ਉਸੇ ਵੇਲੇ ਮਹਾਰਾਜ ਸਾਹਿਬ ਜਿਵੇਂ ਆਪਣੇ ਆਪ ਨੂੰ ਸੰਕਟ 'ਚ ਪਾਇਆ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਤਖਤਾਂ ਦੇ ਮਾਲਕ ਲੋਹੇ ਦੇ ਪਿੰਜਰੇ 'ਚ ਕੈਦ ਨੇ, ਖਲੋਤਾ ਵੀ ਨਹੀਂ ਜਾਂਦਾ, ਲੱਕ ਦੇ ਵਿੱਚ ਕੁੱਬ ਜਿਹਾ ਕੱਢ ਕੇ ਖਲੋਤੇ ਕਿਉਂਕਿ ਉੱਤੋਂ ਪਿੰਜਰਾ ਛੋਟਾ ਹੈ, ਚਾਰ ਸਫੇਰੇ ਗੋਲ ਘਤੇਰੇ ਕਰਕੇ ਅੰਦਰ ਨੂੰ ਤਿੱਖੀਆਂ ਨੋਕਾਂ ਲੱਗੀਆਂ ਹੋਈਆਂ ਨੇ ਵੀ ਜੇ ਬਹੁਤੀ ਹਿਲਜੁਲ ਕਰਨ ਉਹ ਵੀ ਸਰੀਰ ਵਿੱਚ ਚੁਭੇ। ਐਸੀ ਹਾਲਤ 'ਚ ਪਿਆ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿੱਖ ਦੇ ਨੇਤਰਾਂ 'ਚੋਂ ਜਲ ਆ ਗਿਆ। ਸੰਕਟ ਹਿਰਦੇ ਵਿੱਚ ਸੇਖ। ਬਹੁਤ ਹਿਰਦੇ ਵਿੱਚ ਸੰਕਟ ਮੰਨਿਆ ਵੀ ਪਾਤਸ਼ਾਹ
ਕੀ ਖੇਡ ਵਰਤਾਰੇ ਆਪਣੇ ਸਰੀਰ ਤੇ ਦੁੱਖ ਚੱਲ ਰਹੇ ਹੋ। ਜੋ ਪਏ ਹੱਥ ਜੋੜ ਸਭ ਅਰਜ ਗੁਜਾਰੀ। ਫੇਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਹੱਥ ਜੋੜ ਕੇ ਸਾਰੀ ਅਰਜ ਗੁਜਾਰੀ, ਬੇਨਤੀ ਕੀਤੀ। ਮਹਾਰਾਜ ਨੇ ਕਿਹਾ, ਕਹੋ ਸਿੱਖਾ ਕਿਵੇਂ ਆਉਣਾ ਹੋਇਆ? ਇਹਨੇ ਸਾਰੀ ਗੱਲ ਦੱਸੀ। ਫੇਰ ਮਹਾਰਾਜ, ਮੈਂ ਆਪ ਜੀ ਦੇ ਪਰਿਵਾਰ ਦੀ, ਤੁਹਾਡੀ ਮਾਤਾ ਦੀ, ਤੁਹਾਡੇ ਮਹਿਲ, ਤੁਹਾਡੇ ਸਾਹਿਬਜ਼ਾਦੇ ਦੀ ਆਗਿਆ ਮੰਨ ਕੇ ਆਇਆ ਹਾਂ। ਅਨੰਦਪੁਰ ਗਏ, ਬਾਕੀ ਜਿਵੇਂ ਤੁਸੀਂ ਸਾਨੂੰ ਪਹਿਲਾਂ ਹੁਕਮ ਕਰਕੇ ਭੇਜਿਆ ਸੀ ਨਾ ਵੀ ਅਨੰਦਪੁਰ ਚਲੇ ਜਾਣ, ਤੁਹਾਡਾ ਸਾਰਾ ਹੀ ਪਰਿਵਾਰ ਮਹਾਰਾਜ ਤੁਹਾਡਾ ਹੁਕਮ ਮੰਨ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਇਸ ਵੇਲੇ ਅਨੰਦਪੁਰ ਵਿੱਚ ਹਨ। ਬਿਰਧ ਮਾਤਾ ਕੋ ਸੰਕਟ ਭਏ। ਪਰ ਜੋ ਤੁਹਾਡੀ ਬਿਰਧ ਮਾਤਾ ਸ੍ਰੀ ਨਾਨਕੀ ਜੀ ਹੈ, ਉਹ ਕੈਦ ਵਿੱਚ ਪਿਆ ਜਾਣ ਕੇ ਤੁਹਾਡਾ ਬੜਾ ਹੀ ਸੰਕਟ ਮੰਨ ਰਹੀ, ਬਹੁਤ ਦੁਖੀ ਹੋ ਰਹੀ ਹੈ ਮਾਤਾ। ਵਾਰ ਵਾਰ ਲੈ ਸਵਾਸ ਵਡੇਰੇ। ਮਹਾਰਾਜ ਵਾਰ ਵਾਰ ਲੰਮੇ ਲੰਮੇ ਹੌਕੇ ਦੇ ਸਾਹ ਲੈਂਦੀ ਹੈ ਮਾਤਾ ਨਾਨਕੀ, ਭਾਵ ਦੁੱਖ ਮੰਨਦੀ ਹੈ ਤੁਹਾਡੇ ਵੱਲੋਂ। ਬੈਠਦ ਉੱਠਦ ਦਰਗਨ ਚੱਲ ਗਏ। ਬਹਿੰਦਿਆਂ ਉੱਠਦਿਆਂ ਜਦੋਂ ਕਦੇ ਉਹਨੂੰ ਤੁਹਾਡਾ ਕੈਦ ਵਿੱਚ ਪਏ ਦਾ ਦ੍ਰਿਸ਼ ਦਾ ਖਿਆਲ ਆਉਂਦਾ, ਮਾਂ ਹੈ ਹਰ ਵੇਲੇ ਉਹਦੀਆਂ ਮਹਾਰਾਜ, ਆਂਦਰਾਂ ਦੁਖਦੀਆਂ, ਉੱਠਦਿਆਂ ਬਹਿੰਦਿਆਂ ਨੇਤਰਾਂ ਚੋਂ ਜਲ ਵਹਿੰਦਾ ਏ। ਸ਼੍ਰੀ ਗੁਜਰੀ ਬਹੁ ਦੁਖ ਪਾਵੈ। ਤੇ ਤੁਹਾਡੇ ਮਹਿਲ ਸ਼੍ਰੀ ਮਾਤਾ ਗੁਜਰੀ ਜੀ, ਉਹ ਵੀ ਮਹਾਰਾਜ ਬੜੇ ਦੁਖੀ ਨੇ, ਬੜਾ ਦੁੱਖ ਮੰਨਦੇ ਹਨ। ਤੁਹਾਡੇ ਵੱਲ ਮਹਾਰਾਜ ਬਸ ਉਹਨਾਂ ਦੀ ਨਿਗਾਹ ਲੱਗੀ ਹੈ ਵੀ ਗੁਰੂ ਸਾਹਿਬ ਜੀ ਕੈਦ ਵਿੱਚ ਕਾਹਤੋਂ ਪਏ ਹੈ, ਕੋਈ ਭਾਣਾ ਵਰਤਾ ਕੇ, ਖੇਡ ਵਰਤਾ ਕੇ ਵਾਪਸ ਕਿਉਂ ਨਹੀਂ ਆ ਜਾਂਦੇ? ਇਵੇਂ ਮਹਾਰਾਜ ਨਿਤਾ ਪ੍ਰਤੀ ਦਿਨ ਪ੍ਰਤ ਤੁਹਾਡੇ ਵੱਲ ਹੀ ਉਹਨਾਂ ਦਾ ਚਿੱਤ ਲੱਗਾ ਰਹਿੰਦਾ ਹੈ। ਇਹ ਸਾਹਿਬ ਚੰਦ ਜਿਹੜਾ ਸਿੱਖ ਆਇਆ ਹੈ ਸੁਨੇਹਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਕਹਿੰਦਾ ਮਹਾਰਾਜ ਪਰਿਵਾਰ ਤੁਹਾਡਾ ਦੁਖੀ ਹੈ, ਮਾਤਾ ਦੇ ਤੁਹਾਡੇ ਘਰੋਂ ਮਹਿਲ, ਇਹੀ ਸੋਚਦੇ ਵੀ ਕੀ ਹੋਵੇਗਾ ਹੁਣ, ਇਹ ਕੁਝ ਜਾਣਿਆ ਨਹੀਂ ਜਾਂਦਾ ਵੀ ਕੀ ਵਾਪਰੇਗੀ ਗੁਰੂ ਤੇਗ ਬਹਾਦਰ ਸਾਹਿਬ ਨਾਲ। ਇਸ ਦਿਨ ਚਿੰਤਾ ਕਰਤ ਬਿਤਾਏ। ਇਵੇਂ ਰਾਤ ਦਿਨ ਮਹਾਰਾਜ ਜੀ ਚਿੰਤਾ ਕਰਦੇ ਬਤੀਤ ਹੁੰਦਾ ਹੈ। ਤੇ ਪਰ ਉਂਝ ਤੁਹਾਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਦਾਦੀ ਮਾਂ ਨੂੰ ਵੀ, ਆਪਣੀ ਮਾਤਾ ਨੂੰ ਵੀ ਅਹਿਲਾਦ ਖੁਸ਼ੀਆਂ ਦਿੰਦੇ ਰਹਿੰਦੇ ਆ, ਬਚਨ ਕਰਕੇ ਉਹਨਾਂ ਦਾ ਦੁੱਖ ਦੂਰ ਕਰਦੇ ਰਹਿੰਦੇ ਹਨ। ਤੀਰਥ ਰਾਵ ਹੈ ਕਰਤ ਮਜਾਦ। ਤੁਹਾਨੂੰ ਮਹਾਰਾਜ ਸਾਹਿਬ ਜੀ ਯਾਦ ਕਰਦਿਆਂ ਹੋਇਆਂ ਵੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸਮਰੱਥ ਨੇ, ਆਪਣੀ ਮਰਜ਼ੀ ਨਾਲ ਗਏ ਹੈ, ਤੁਹਾਡੀਆਂ ਵਡਿਆਈਆਂ ਕਹਿ ਕਹਿ ਕੇ ਆਪਣੀ ਦਾਦੀ ਮਾਂ ਨੂੰ ਵੀ, ਆਪਣੀ ਜਨਨੀ ਮਾਤਾ ਨੂੰ ਵੀ ਧੀਰਜ ਦਿੰਦੇ ਹਨ। ਸਿੱਖ ਕਹਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੀ ਜੋ ਮਹਿਮਾ ਹੈ ਇਹ ਤੁਹਾਡੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਮਾਤਾਵਾਂ ਨੂੰ ਕਹਿ ਕਹਿ ਕੇ ਦੱਸ ਦੱਸ ਕੇ ਕਾਰਨ ਕਰਨ ਸ਼ਬਦ ਤਰ ਭਾਰੀ ਏਦਾਂ ਸਮਝਾਉਂਦੇ ਨੇ ਵੀ ਦਾਦੀ ਮਾਂ ਮਾਤਾ ਜੀ ਕਾਹਤੋਂ ਵਿਰਾਗ ਕਰਦੇ ਹੋ, ਗੁਰੂ ਤੇਗ ਬਹਾਦਰ ਸਾਡੇ ਪਿਤਾ ਜੀ ਸਭ ਕਾਰਨਾਂ ਨੂੰ ਕਰਨ ਵਾਲੇ ਆਪ ਨੇ ਤੇ ਸ਼ਕਤੀਆਂ ਸਭ ਧਾਰਨ ਕੀਤੀਆਂ ਨੇ, ਚਾਹੇ ਸੋ ਕਰੇ ਨਾ ਲੱਗੇ ਅਵਾਰੀ, ਉਹ ਜੋ ਚਾਹੁਣ ਉਹੀ ਕਰ ਸਕਦੇ ਆ, ਫਿਰ ਕਰਦੇ ਆ ਕੋਈ ਦੇਰ ਨਹੀਂ ਲੱਗਦੀ, ਘਾਟੀ ਮਹਾਰਾਜ ਸਾਹਿਬ ਜੀ ਜੋ ਮਰਜ਼ੀ ਕਰ ਦੇਣ ਗੁਰੂ ਤੇਗ ਬਹਾਦਰ। ਆਪੇ ਰਚੀ ਵਾਰਤਾ ਸਾਰੀ। ਤੇ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਤੁਹਾਡੀ ਮਾਤਾ ਜੀ ਨੂੰ ਏਦਾਂ ਸਮਝਾਉਂਦੇ ਰਹਿੰਦੇ ਆ ਵੀ ਇਹ ਤਾਂ ਸਾਰੀ ਗੱਲਬਾਤ ਕੈਦ ਵਿੱਚ ਪੈਣਾ, ਦਿੱਲੀ ਜਾਣਾ,
ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਹੀ ਰਚੀ ਹੈ, ਆਪ ਹੀ ਖੇਡ ਖੇਡੀ ਹੈ। ਸ੍ਰੀ ਸਾਹਿਬ ਚੰਦ ਕਹਿੰਦੇ ਪਰ ਹੇ ਗੁਰੂ ਤੇਗ ਬਹਾਦਰ ਸਾਹਿਬ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਸਮਝਾਉਂਦੇ ਨੇ ਪਰ ਫਿਰ ਵੀ ਤੁਹਾਡੀ ਮਾਤਾ ਤਾਂ ਬਹੁਤ ਹੀ ਵੈਰਾਗ ਕਰਦੀ ਹੈ, ਮਾਤਾ ਨਾਨਕੀ ਧੀਰਜ ਨਹੀਂ ਧਾਰਨ ਕਰਦੇ। ਦੋਵੇਂ ਸੱਸ ਤੇ ਨੂੰਹ ਤੁਹਾਡੀ ਮਾਤਾ ਤੇ ਤੁਹਾਡੇ ਮਹਿਲੇ ਕਥਾਂ ਹੋ ਕੇ ਜਦੋਂ ਇਕੱਠੇ ਬੈਠਦੀਆਂ ਹਨ, ਤਿਨਕੇ ਧੀਰ ਧਰਾਵਨ ਕਰ, ਹਰ ਵੇਲੇ ਵੈਰਾਗ ਵਿੱਚ ਰਹਿੰਦੀਆਂ ਨੇ, ਉਹਨਾਂ ਨੂੰ ਧੀਰਜ ਆਵੇ, ਉਹਨਾਂ ਨੂੰ ਕੋਈ ਹੌਸਲਾ ਆਵੇ ਇਸ ਵਾਸਤੇ। ਤੁਮਰੇ ਸੁਤ ਮੈਂ ਕੀਨ ਹਕਾਰ, ਮਹਾਰਾਜ ਤੁਹਾਡੇ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ ਵੀ ਜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਮੁਲਾਕਾਤ ਪਾ ਕੇ ਆ ਤੇ ਆ ਕੇ ਜੋ ਹਾਲਾਤ ਵੇਖੇ ਉਹ ਮਾਈਆਂ ਨੂੰ ਦੱਸ, ਇਹਨਾਂ ਨੂੰ ਕੋਈ ਹੌਸਲਾ ਆਵੇ। ਦਾਦੇ ਅਰਨ ਜੀ ਮਾਤ ਸੁਣਾਏ, ਆਪਣੀ ਦਾਦੀ ਨੂੰ ਤੇ ਆਪਣੀ ਮਾਤਾ ਨੂੰ, ਦਾਦੀ ਅਰਨ ਜੀ ਮਾਤ ਸੁਣਾਏ। ਸੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਇੱਥੇ ਭੇਜਿਆ, ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਖਬਰ ਲੈ ਕੇ ਆ ਤੇ ਜਿਵੇਂ ਵੀ ਕੋਈ ਉੱਥੇ ਕੋਈ ਹਾਲਤ ਹੋਵੇ ਉਹ ਆ ਕੇ ਸਾਡੀ ਦਾਦੀ ਮਾਂ ਨੂੰ, ਸਾਡੀ ਮਾਤਾ ਗੁਜਰੀ ਨੂੰ ਸਾਰਾ ਕੁਝ ਫਿਰ ਸੁਣਾ ਦੇਵੇਂ। ਮੈਨੂੰ ਇਸ ਤਰ੍ਹਾਂ ਕਿਹਾ ਵੀ ਤੂੰ ਸੁੱਧ ਮੰਗਵਾ ਲੈ, ਭਾਵ ਖਬਰ ਲੈ ਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਤੇ ਨਾਲ ਹੀ ਇਹ ਹੁਕਮ ਕੀਤਾ ਵੀ ਜਿਵੇਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਹੁਕਮ ਕਰਨ ਸਾਡੇ ਪ੍ਰਤੀ, ਉਹ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਆਵੀਂ ਤੂੰ। ਇਸ ਪ੍ਰਕਾਰ ਦੇ ਨਾਲ ਭਰੋਸਾ ਰੱਖੀ, ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੀ। ਜੋ ਕ੍ਰਿਤ ਆਪ ਕਰਨ ਕੋ ਗਏ, ਕੌਣ ਹਟਾਏ ਸਕੇ ਸੋ ਥੀਏ। ਸੋ ਇਸ ਤਰ੍ਹਾਂ ਮਹਾਰਾਜ ਜੀ, ਉਹ ਤੁਹਾਡੀ ਦਾਦੀ ਮਾਂ, ਤੁਹਾਡੀ ਮਾਤਾ ਜਿਹੜੀ ਹੈ ਉਹ ਚਿੰਤਾ ਤਾਂ ਬਹੁਤ ਕਰਦੇ ਹਨ। ਦਾਦੀ ਤੇ ਮਾਤਾ ਨੇ ਕਿਹਾ ਵੀ ਸੁੱਧ ਮੰਗਵਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਜਥਾ ਕਹਿ ਪਿਤ ਤਥਾ ਸੁਣੀਜੇ, ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਭੇਜਣ ਉਹ ਅਸੀਂ ਸਾਰੇ ਰਲ ਮਿਲ ਕੇ ਸੁਣਾਂਗੇ। ਫਿਰ ਧਰੋ ਪ੍ਰਤੀਤ ਨਾ ਚਿੰਤਾ ਕੀਜੇ, ਭਰੋਸਾ ਰੱਖਣਾ ਮਹਾਰਾਜ ਜੋ ਬਚਨ ਕਹਿਣਗੇ, ਫਿਰ ਚਿੰਤਾ ਨਾ ਮਾਤਾ ਜੀ ਤੁਸੀਂ ਕਰਿਓ, ਕਿਉਂਕਿ ਜੋ ਕਿਰਤ ਆਪ ਕਰਨ ਕੋ ਗਏ, ਵੀ ਜਿਹੜੀ ਕਿਰਤ ਗੁਰੂ ਤੇਗ ਬਹਾਦਰ ਸਾਹਿਬ ਆਪ ਕਰਨ ਦਿੱਲੀ ਗਏ ਹਨ, ਕੌਣ ਹਟਾਏ ਸਕੇ ਸੋਥੇ ਹੈ। ਉਹ ਤਾਂ ਮਹਾਰਾਜ ਕਰਕੇ ਹੀ ਰਹਿਣਗੇ ਮਾਤਾ ਜੀ, ਉਹਨੂੰ ਤਾਂ ਕੋਈ ਹਟਾ ਨਹੀਂ ਸਕਦਾ, ਪਰ ਚਲੋ ਖਬਰਸਾਰ ਗੁਰਾਂ ਦਾ ਕੋਈ ਸਾਨੂੰ ਹੁਕਮ ਤਾਂ ਆ ਜਾਵੇਗਾ। ਕਾਹਿਓ ਮੋਹੇ ਸਤਿਗੁਰ ਕੇ ਹਾਥ, ਤੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਮਹਾਰਾਜ ਨਾਲ ਹੀ ਮੈਨੂੰ ਇਹ ਵੀ ਹੁਕਮ ਕਰਕੇ ਭੇਜਿਆ ਸੀ ਵੀ ਤੂੰ ਸਿੱਖਾ ਮੂੰਹ ਜ਼ਬਾਨੀ ਤਾਂ ਗੁਰੂ ਦਾ ਉਪਦੇਸ਼ ਲੈ ਕੇ ਆਉਣਾ ਹੀ ਹੈ, ਪਰ ਸਾਡੇ ਵੱਲੋਂ ਬੇਨਤੀ ਕਰਕੇ ਸਤਿਗੁਰਾਂ ਨੂੰ ਕਹੋ ਆਪਣੇ ਹੱਥਾਂ ਦੇ ਨਾਲ ਕਰੋ ਲਿਖਾਵਨ ਹੈ ਜਮਗਾਥ, ਜਿਵੇਂ ਵੀ ਗਾਥਾ ਹੈ, ਜਿਵੇਂ ਵੀ ਸਾਨੂੰ ਸਮਝਾਉਣ ਦੇ ਲਈ ਮਾਤਾ ਜੀ ਦੇ ਲਈ ਸਿੱਖ ਸੰਗਤਾਂ ਲਈ ਕੋਈ ਬਚਨ ਸਤਿਗੁਰੂ ਕਰਨਾ ਚਾਹੁੰਦੇ ਨੇ ਤਾਂ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਕਹੋ ਕਿ ਲਿਖ ਕੇ ਭੇਜਿਓ ਸਾਨੂੰ ਸਾਰਾ ਕੁਝ। ਆਨ ਦਿਖਾਵੇ ਸੁਣਹਿ ਜਪੈ, ਅਤੇ ਜਦੋਂ ਕਹਿੰਦੇ ਆਨ ਦਿਖਾਵੇ ਸੁਣਹਿ ਜਪੈ, ਵੀ ਜਦੋਂ ਆ ਕਰਕੇ ਤੁਸੀਂ ਸਾਨੂੰ ਚਿੱਠੀ ਵਿਖਾਓਗੇ
ਬਾਕੀ ਸਾ ਇੱਕ ਜਾਣਾ ਪੜੂਗਾ, ਬਾਕੀ ਸਿੱਖ ਸੰਗਤ ਪਰਿਵਾਰ ਜਦੋਂ ਸੁਣੇਗਾ। ਧੀਰ ਧਰਹਿ ਦੁਖ ਪਰ ਹਰਿ ਸਭੈ, ਉਸ ਵੇਲੇ ਧੀਰਜ ਧਾਰੂਗੀ ਮਾਤਾ ਨਾਨਕੀ ਮਾਤਾ ਗੁਜਰੀ, ਸਿੱਖ ਸੰਗਤ ਦੇ ਸਭ ਦੇ ਦੁੱਖ ਦੂਰ ਹੋ ਜਾਣਗੇ। ਇਸ ਕਾਰਨ ਤੇ ਮੈਂ ਚੱਲਿਆ, ਇਸ ਕਰਕੇ ਹੇ ਗੁਰੂ ਤੇਗ ਬਹਾਦਰ ਸਾਹਿਬ ਮੈਂ ਚੱਲ ਕਰਕੇ ਆਇਆ। ਇਵੇਂ ਹੁਕਮ ਕਰਕੇ ਤੁਹਾਡੇ ਸਾਹਿਬਜ਼ਾਦੇ ਨੇ ਭੇਜਿਆ ਵੀ ਗੁਰਾਂ ਨੂੰ ਕੋ ਲਿਖਤੀ ਉਪਦੇਸ਼ ਦੇ ਕੇ ਭੇਜੋ ਸਾਰਿਆਂ ਲਈ ਸਾਂਝਾ। ਸੁੰਦਰਾਵਰ ਕੇ ਚਾਹਤ ਪਾਇਓ, ਤੇ ਗਰੀਬ ਨਵਾਜ਼ ਸੱਜੇ ਪਾਤਸ਼ਾਹ ਜੀ ਆਪ ਜੀ ਦੀ ਸੁਧ ਆਪ ਜੀ ਦੀ ਖਬਰ ਸਾਰ ਸਾਰੇ ਹੀ ਪਾਉਣਾ ਚਾਹੁੰਦੇ ਹਨ ਵੀ ਕਿਸ ਹਾਲਾਤ ਵਿੱਚ ਹੋ ਆਪ। ਸਿੱਖ ਸੰਗਤ ਹਰ ਬ੍ਰਿੰਦ ਮਸੰਦ, ਜਿੱਥੇ ਮਾਤਾ ਚਿੰਤਾ ਤਾਰ ਹੈ ਤੁਹਾਡੇ ਮਹਿਲ ਚਿੰਤਾ ਵਿੱਚ ਨੇ, ਬਾਕੀ ਸਮੂਹ ਮਸੰਦ ਤੇ ਸਿੱਖ ਸੰਗਤਾਂ ਵੀ ਮਹਾਰਾਜ ਦੁੱਖ ਵੈਰਾਗ ਵਿੱਚ ਹਨ। ਤੁਹਾਡੇ ਵੱਲੋਂ ਬੜੀ ਚਿੰਤਾ ਹੈ ਸੰਗਤ ਦੇ ਵਿੱਚ ਵੀ, ਪਤਾ ਨੀ ਗੁਰੂ ਤੇਗ ਬਹਾਦਰ ਸਾਹਿਬ ਕੀ ਕਰਨਗੇ ਹੁਣ। ਆਪਸ ਵਿੱਚ ਮਹਾਰਾਜ ਸਿੱਖ ਮਿਲਦੇ ਗੱਲਾਂ ਕਰਦੇ ਬੜਾ ਦੁੱਖ ਮੰਨਦੇ ਨੇ, ਇੱਕ ਦੂਜੇ ਨਾਲ ਦੁੱਖ ਦੀਆਂ ਗੱਲਾਂ ਕਹਿੰਦੇ ਹਨ। ਰੰਗ ਕੂਰ ਕਰਿਓ ਵੱਡ ਪਾਤਾ, ਕਿ ਜਿਹੜਾ ਰੰਗ ਜੇ ਬਾਦਸ਼ਾਹ ਹੈ ਨਾ ਉਹ ਕੋਈ ਬਹੁਤਾ ਨੀ, ਆਪ ਰੰਗ ਕੂਰ ਕਰਿਓ ਵੱਡ ਬਾਦਾ, ਵੀ ਬੜਾ ਉਹ ਕੂਰ ਭੈੜਾ ਹੈ, ਬੜਾ ਬਾਦੀ ਝਗੜਾਲੂ ਹੈ, ਕੋਈ ਚੰਗਾ ਕੰਮ ਤਾਂ ਕੀਤਾ ਨੀ ਉਸਨੇ, ਤੇ ਸਤਿਗੁਰੂ ਸਾਹਿਬ ਉਹਦੀ ਕੈਦ ਵਿੱਚ ਪਏ ਹਨ। ਬਿਨਾ ਮਿਲੇ ਸਦਕੇ ਚਲੇ ਆਏ, ਤੇ ਫਿਰ ਮਹਾਰਾਜ ਸੰਗਤ ਇਸ ਤਰ੍ਹਾਂ ਦੁੱਖ ਮਨਾਉਂਦੀ ਹੈ ਵੀ ਤੁਸੀਂ ਬਿਨਾ ਮਿਲੇ ਹੀ ਸੰਗਤ ਨੂੰ ਬਿਨਾ ਕੁਝ ਦੱਸਿਆ ਹੀ ਚੱਲ ਕੇ ਆ ਗਏ ਹੋ ਚੁੱਪ ਚੁਪੀਤੇ ਆ। ਬਹੁਤ ਨਿਸੂਰਤ ਸਿੱਖ ਸਮੁਦਾਏ, ਜਿਸ ਕਰਕੇ ਸਿੱਖ ਸੇਵਕ ਆਪ ਜੀ ਦੇ ਮਿਲ ਕੇ ਬੜਾ ਵਸੂਰ ਦੇ ਪਸ਼ਚਾਤਾਪ ਕਰਦੇ ਵੀ ਇੱਕ ਵਾਰ ਸਤਿਗੁਰੂ ਸਾਨੂੰ ਦੱਸ ਹੀ ਜਾਂਦੇ, ਮਹਾਰਾਜ ਸਾਹਿਬ ਸਾਨੂੰ ਮਿਲ ਹੀ ਜਾਂਦੇ ਵੀ ਅਸੀਂ ਦਿੱਲੀ ਚੱਲੇ ਹਾਂ। ਸਾਰਿਆਂ ਦਾ ਬਿਰਤਾਂਤ ਸੁਣ ਕੇ ਦੁੱਖ ਦੇ ਹਾਲਾਤ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਸੁਣੇ, ਕਾਗਜ਼ ਕਰ ਮੈਂ ਭਗਵੰਤਾ, ਸਤਿਗੁਰੂ ਸਾਹਿਬ ਪਿੰਜਰੇ ਚ ਕੈਦ ਹਨ, ਤਾਂ ਗਰੀਬ ਨਵਾਜ਼ ਸੱਜੇ ਪਾਤਸ਼ਾਹ ਨੇ ਦਰੋਗੇ ਨੂੰ ਕਹਿ ਕੇ ਕਾਗਜ਼ ਕਲਮ ਦਾ ਪ੍ਰਬੰਧ ਕਰਵਾਇਆ। ਕਰਮਦਾਨ ਕੋ ਤਪ ਮੰਗਵਾਇਓ, ਉਸ ਵੇਲੇ ਕਾਗਜ਼ ਆ ਗਿਆ, ਕਲਮ ਆ ਗਈ, ਫਿਰ ਕਲਮਦਾਨ ਭਾਵ ਕੇ ਸਿਆਹੀ ਦੀ ਦਵਾਤ ਜਿਹੜੀ ਮੰਗਾਈ, ਤੇ ਦਰੋਗੇ ਦਾ ਜਿਹੜਾ ਮਨੁੱਖ ਸੀ, ਦਰੋਗਾ ਕਿਉਂਕਿ ਮਹਾਰਾਜ ਦਾ ਪ੍ਰੇਮੀ ਬਣ ਗਿਆ ਨਾ, ਹੁਣ ਪਹਿਲਾਂ ਤਾਂ ਬੜੀ ਸਖਤਾਈ ਸੀ, ਹੁਣ ਤਾਂ ਕਹਿਣ ਲੱਗ ਪਿਆ ਵੀ ਮਹਾਰਾਜ ਭਾਜੀ ਚੱਲੀਏ ਆਪਾਂ ਕਿਤੇ। ਸਾਹਿਬਾਂ ਨੇ ਕਿਹਾ ਵੀ ਜੇ ਅਸੀਂ ਭੱਜਣਾ ਹੀ ਹੁੰਦਾ ਫਿਰ ਆਉਣਾ ਕਰ ਤੋ ਅਸੀਂ ਦਰੋਗੇ, ਹੁਣ ਤਾਂ ਇੱਥੇ ਹੀ ਭਾਣਾ ਵਰਤਾਵਾਂਗੇ। ਪਰ ਇਹਨਾਂ ਨੇ ਹੁਕਮ ਕਰਤਾ ਸੀ ਆਪਣੇ ਸਾਥੀਆਂ ਨੂੰ ਵੀ ਗੁਰੂ ਸਾਹਿਬ ਜੋ ਕਹਿਣ ਉਹੀ ਉਸੇ ਰੇ ਕਰੋ। ਮਹਾਰਾਜ ਨੇ ਕਿਹਾ ਸਾਨੂੰ ਕਾਗਜ਼ ਕਲਮ ਦਵਾਤ ਚਾਹੀਦੀ ਹੈ, ਮਹਾਰਾਜ ਦੇ ਹੁਕਮ ਨਾਲ ਉਸੇ ਵੇਲੇ ਹਾਜ਼ਰ ਕੀਤੀਆਂ ਵਸਤੂਆਂ। ਦਰੋਗੇ ਦੇ ਸਿਪਾਹੀ ਉਸੇ ਵੇਲੇ ਜਾ ਕੇ ਪ੍ਰਬੰਧ ਕੀਤਾ ਤੇ ਲੈ ਕੇ ਆ ਗਏ ਗੁਰਾਂ ਦੇ ਹਜ਼ੂਰ। ਸਭ ਸੰਗਤ ਪ੍ਰਤ ਲਿਖ ਉਪਦੇਸ਼, ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀਆਂ ਸੰਗਤਾਂ ਦੇ ਪ੍ਰਤੀ ਉਪਦੇਸ਼ ਦੇਣ ਵਾਸਤੇ ਚਿੱਠੀ ਚ ਬਚਨ ਲਿਖੇ। ਸਲੋਕ ਵਿਰਾਗ ਵਿਸ਼ੇਸ਼, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਵੈਰਾਗ ਦ੍ਰਿੜ ਕਰਾਇਆ ਹੈ, ਸੰਸਾਰ ਨੂੰ ਝੂਠਾ ਤੇ ਪਰਮੇਸ਼ਰ ਦਾ ਨਾਮ ਜਪਣਾ ਹੀ ਤੇ ਵਾਹਿਗੁਰੂ ਹੀ ਸੱਚਾ ਦ੍ਰਿੜ ਕਰਾਇਆ ਹੈ, ਐਸੇ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਨੇ ਲੋਹੇ ਦੇ ਪਿੰਜਰੇ ਚ ਕੈਦ ਹੋਇਆ ਨੇ ਉਚਾਰਨ ਕੀਤੇ ਤੇ ਲਿਖੇ। ਜੋ ਨਰ ਹੋਏ ਜਿਸ ਕੇ ਅਧਿਕਾਰੀ, ਮਹਾਰਾਜ ਸਾਹਿਬ ਨੇ ਚਿੱਠੀ ਲਿਖ ਦਿੱਤਾ ਵੀ ਸਲੋਕ ਅਸੀਂ ਲਿਖ ਰਹੇ ਹਾਂ, ਜਿਹੜਾ ਕੋਈ ਸਿੱਖ ਜਿਸ ਸਲੋਕ ਦੇ
ਮੰਨਣ ਕਮਾਉਣ ਦਾ ਅਧਿਕਾਰੀ ਹੋਵੇਗਾ। ਇਹ ਸਾਡੀ ਸਿੱਖਿਆ ਉਸੇ ਤਰ੍ਹਾਂ ਮੰਨ ਲਏ ਵੀ ਜਿਸ ਤਰ੍ਹਾਂ ਦੀ ਕਿਸੇ ਦੀ ਕੋਈ ਅਵਸਥਾ ਹੈ ਉਸ ਤਰ੍ਹਾਂ ਸਲੋਕ ਮੰਨ ਕੇ ਪੜ੍ਹ ਸੁਣ ਕੇ ਕਮਾ ਕੇ ਤੇ ਆਪਣਾ ਜੀਵਨ ਸਫਲ ਕਰੇ। ਸੁਖ ਪ੍ਰਾਪਤ ਜੁਗ ਲੋਕ ਮਝਾਰੇ, ਜਿਹੜਾ ਸਾਡਾ ਵਚਨ ਮੰਨੇਗਾ ਉਹਨੂੰ ਦੋਵਾਂ ਲੋਕਾਂ ਵਿੱਚ ਭਾਰੀ ਸੁਖ ਪ੍ਰਾਪਤ ਹੋਵੇਗਾ। ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਦੋਹਰੇ ਦੀ ਚਾਲ ਦੇ ਸਲੋਕ ਉਚਾਰਨ ਕੀਤੇ। ਗਰੀਬਨ ਵਾਜ ਸਤਿਗੁਰਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬਚਨ ਮੰਨੂ ਨਾ ਸਾਡਾ ਉਹਨਾਂ ਨੂੰ ਦੋਵਾਂ ਲੋਕਾਂ ਵਿੱਚ ਸੁੱਖ ਮਿਲੇਗਾ। ਉਸ ਵੇਲੇ ਦੋਹਰੇ ਦੀ ਚਾਲ ਦੇ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਉਚਾਰੇ ਤੇ ਲਿਖੇ ਸ਼੍ਰੀ ਮੁਖ ਵਾਕ, ਸ਼੍ਰੀ ਸ਼੍ਰੋਮਣੀ ਮੁਖ ਵਾਕ ਬਾਣੀ ਹੈ। ਮਹਾਰਾਜ ਨਾਵੇਂ ਪਾਤਸ਼ਾਹ ਦੇ ਮੁਖੋਂ ਪ੍ਰਗਟ ਹੋਈ ਸਲੋਕ ਮਹੱਲਾ ਨਾਮਾ ਗੁਰੂ ਗ੍ਰੰਥ ਸਾਹਿਬ ਵਿੱਚ ਹੁਣ ਜੋ 12 ਤੇ ਵਧੀਕ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਨਾਵੇਂ ਪਾਤਸ਼ਾਹ ਦੇ ਸਲੋਕ ਸੁਭਾਏ ਮਾਨ ਹਨ। ਸਲੋਕ ਮਹੱਲਾ ਨਾਵਾਂ ਦੇ ਸਿਰ ਲੇਖ ਹੇਠ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਪ੍ਰਤੀ ਉਪਦੇਸ਼ ਦਿੰਦੇ ਹਨ। ਭਾਵੇਂ ਕਿ ਸਲੋਕ ਜਿਵੇਂ ਪਹਿਲੇ 49 ਸਲੋਕ ਸੰਗਤ ਪ੍ਰਤੀ ਕਹੇ, 2 ਸਲੋਕ ਮਾਤਾ ਨਾਨਕੀ ਜੀ ਪ੍ਰਤੀ ਕਹੇ 50ਵਾਂ ਤੇ 51ਵਾਂ, 52ਵਾਂ ਸਲੋਕ ਮਾਤਾ ਗੁਜਰੀ ਜੀ ਪ੍ਰਤੀ ਕਿਹਾ, 53ਵੇਂ ਸਲੋਕ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰਖ ਕੀਤੀ। ਇਵੇਂ ਸਲੋਕ ਤਾਂ ਭਾਵੇਂ ਮਹਾਰਾਜ ਨੇ ਉਦੋਂ ਵੱਖ ਵੱਖ ਪ੍ਰਯੋਜਨ ਦੇ ਹਿਸਾਬ ਨਾਲ ਕਹੇ, ਪਰ ਹੈ ਉਪਦੇਸ਼ ਸਾਂਝਾ ਹੀ ਹੈ ਹੁਣ ਸਾਡੇ ਲਈ। ਜੋ ਉਹਨਾਂ ਲਈ ਸਿੱਖਿਆ ਸੀ ਉਹ ਸਾਂਝੀ ਸਿੱਖਿਆ ਹੈ। ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਕਾਹਤੋਂ ਦੁੱਖ ਮੰਨਣਾ ਹੈ ਸਰੀਰਾਂ ਦੇ ਵਿਛੜਨ ਦਾ? ਜਿਹੜਾ ਕੰਮ ਕਰਨਾ ਸੀ ਉਹ ਸੀ ਵਾਹਿਗੁਰੂ ਦੇ ਗੁਣ ਗਾਉਣੇ, ਪਰ ਗੋਬਿੰਦ ਪਰਮੇਸ਼ਰ ਦੇ ਗੁਣ ਤਾਂ ਨਹੀਂ ਗਾਏ ਆਪਾਂ। ਤੇ ਜਿਹਨਾਂ ਨੇ ਗੁਣ ਨਹੀਂ ਵਾਹਿਗੁਰੂ ਦੇ ਗਾਏ ਉਹਨਾਂ ਆਪਣਾ ਜਨਮ ਲਿਆ ਹੋਇਆ ਬੇਅਰਥ ਹੀ ਖਰਾਬ ਹੀ ਕਰ ਲਿਆ। ਕਾਹਦਾ ਇਹੋ ਜਿਹਾ ਜਿਉਣਾ ਹੈ ਸੰਸਾਰ 'ਚ ਜੇ ਰੱਬ ਦਾ ਨਾਮ ਨਹੀਂ ਜਪਣਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਕਹੋ ਨਾਨਕ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਹਰ ਭਜ ਮਨਾ, ਹੇ ਮਨਾ ਹਰੀ ਦਾ ਭਜਨ ਕਰ। ਮਨਾ ਪਿਆਰੇ ਨੂੰ ਵੀ ਕਹਿੰਦੇ, ਹੇ ਪਿਆਰੇ ਭਾਵ ਗੁਰਸਿੱਖਾ, ਜਿਹੜਾ ਕੰਮ ਕਰਨਾ ਉਹ ਕਰ। ਉਹ ਕੀ ਮਹਾਰਾਜ? ਕਹਿੰਦੇ ਭਜਨ ਕਰਿਆ ਕਰ। ਕਹਿੰਦੇ ਜਿਸ ਤਰ੍ਹਾਂ ਜਲ ਦੇ ਵਿੱਚ ਰਹਿਣ ਵਾਲੀ ਜਿਹੜੀ ਮੀਨ ਮੱਛੀ ਪਾਣੀ ਨੂੰ ਯਾਦ ਕਰਦੀ ਹੈ, ਪਾਣੀ ਵਿੱਚ ਹੀ ਰਹਿੰਦੀ ਹੈ ਨਾ, ਪਾਣੀ ਦਾ ਵਸਾਹ ਨਹੀਂ ਖਾਂਦੀ, ਉਹ ਤੋਂ ਬਿਨਾਂ ਜੀਵਨ ਹੀ ਨਹੀਂ ਮੰਨਦੀ। ਪਾਣੀ ਦੇ ਨਾਲੋਂ ਮੱਛੀ ਵਿਛੜ ਜਾਵੇ ਤਾਂ ਮਰ ਜਾਂਦੀ ਹੈ। ਕਹਿੰਦੇ ਇੱਦਾਂ ਦਾ ਜੀਵਨ ਬਣਾ ਲਾ ਵੀ ਤੇਰਾ ਜੀਵਨ ਹੀ ਗੁਰਬਾਣੀ ਹੋਵੇ, ਜਿਵੇਂ ਮੱਛੀ ਦਾ ਜੀਵਨ ਪਾਣੀ ਹੈ। ਸਿੱਖਾ ਤੇਰਾ ਜੀਵਨ ਗੁਰਬਾਣੀ ਸੇਵਾ ਸਿਮਰਨ ਹੋਵੇ। ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ, ਤੂੰ ਸਿਮਰਨ ਤੋਂ ਬਿਨਾਂ ਨਹੀਂ ਬਚਣਾ ਚਾਹੀਦਾ। ਇਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਲੋਕ 49 ਲਿਖੇ ਪਹਿਲਾਂ, ਅਤੇ 49ਵਾਂ ਸਲੋਕ ਜਿਹੜਾ ਜਿਵੇਂ ਆਉਂਦਾ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਗ ਰਚਨਾ ਸਭ ਝੂਠ ਹੈ, ਜਾਣ ਰਹਿਓ ਰੇ ਮੀਤ, ਕਹਿ ਨਾਨਕ ਸਿਰ ਨਾ ਰਹਿ ਜਿਉ ਬਾਲੂ ਕੀ ਭੀਤ। ਇੱਥੋਂ ਤੀਕਰ 49 ਸਲੋਕ ਮਹਾਰਾਜ ਨੇ, ਕਿਉਂਕਿ ਇੱਥੇ ਤਾਂ ਇੱਕ ਹੀ ਲਿਖਿਆ ਸੰਖੇਪ ਕਰਕੇ, 49 ਸਲੋਕ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖ ਸੰਗਤਾਂ ਨੂੰ ਸਮਝਾਉਣ ਲਈ
ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਪਹਿਲਾਂ ਲਿਖ ਦਿੱਤੇ। ਇਤਿਹਾਸਕ ਆਰੰਭ ਤੋਂ ਲੈ ਕੇ 49 ਤੀਕਰ ਸਾਰੇ ਸਲੋਕ ਸੰਗਤਾਂ ਪ੍ਰਤੀ ਉਪਦੇਸ਼ ਲਈ ਚਿੱਠੀ ਵਿੱਚ ਲਿਖ ਦਿੱਤੇ। ਨਾਵੇਂ ਪਾਤਸ਼ਾਹ ਇਹ ਨਾਲ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਪੜ੍ਹ ਕੇ ਤੇ ਹਰੀ ਦਾ ਭਜਨ ਕਰਨਾ ਏ, ਸੋਗ ਛੱਡ ਦਿਓ, ਵੈਰਾਗ ਨਾ ਕਰੋ ਸਰੀਰਾਂ ਦੇ ਵਿਛੜਨ ਦਾ। ਇਹ ਸਭ ਸਲੋਕ ਮਹਾਰਾਜ ਨੇ ਸਿੱਖਾਂ ਪ੍ਰਤੀ ਸਿੱਖਿਆ ਦੇਣ ਵਾਸਤੇ 49 ਦੇ 49 ਬਣਾ ਕੇ ਉਚਾਰ ਕੇ ਦੋਹਰੇ ਦੀ ਚਾਲ ਦੇ ਸਲੋਕ ਲਿਖੇ। ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਵਿੱਚ ਸਿੱਖਿਆ ਇਹ ਦਿੱਤੀ ਵੀ ਵਾਹਿਗੁਰੂ ਦਾ ਨਾਮ ਸਿਮਰਨ ਅਭਿਆਸ ਕਰੋ, ਚਿੰਤਾ ਨਾ ਕਰੋ, ਚਿੰਤਾ ਮੇਟ ਦਿਓ। ਆ ਸੰਗਤ ਨੂੰ ਉਪਦੇਸ਼ ਦੇ ਕੇ ਫਿਰ ਮਾਤਾ ਜੀ ਨੂੰ ਸੰਬੋਧਨ ਕੀਤਾ ਵੀ ਮਾਤਾ ਜੀ ਆਹ ਤੁਹਾਡੇ ਪ੍ਰਤੀ ਉਪਦੇਸ਼ ਹੈ ਤੇ ਮਾਤਾ ਨਾਨਕੀ ਜੀ ਦੇ ਪ੍ਰਤੀ ਸਲੋਕ ਲਿਖੇ ਦੋ। ਮਹਾਰਾਜ ਨੇ ਕਿਹਾ ਵੀ ਇਹ ਸਲੋਕ ਸੁਣ ਲਓ, ਗੁਰਸਿੱਖ ਪਿਆਰੇ ਕੋ ਕਿਸੇ ਕੋ ਤੇ ਜਿਹੜਾ ਸ਼ੋਗ ਆ ਰਿਹਾ ਤੁਹਾਡੇ ਅੰਦਰ ਵੈਰਾਗ ਹੈ ਇਹਨੂੰ ਰੋਕ ਲੈਣਾ ਕਰੋ, ਕਿਉਂਕਿ ਜਗਤ ਵਿੱਚ ਕਿਸੇ ਦੀ ਸਰੀਰ ਕਰਕੇ ਥਿਰਤਾ ਨਹੀਂ, ਅਸਥਿਤੀ ਨਹੀਂ ਹੈ, ਕੋਈ ਵੀ ਸਦਾ ਜਗਤ ਵਿੱਚ ਕਾਇਮ ਨਹੀਂ ਰਹਿ ਸਕਦਾ ਸਰੀਰ ਕਰਕੇ। ਹਾਂ ਵੇਖੋ ਮਾਤਾ ਜੀ ਜਿਹਨਾਂ 'ਚ ਵੱਡੀਆਂ ਵੱਡੀਆਂ ਸ਼ਕਤੀਆਂ ਨੇ ਉਹ ਵੀ ਸੰਸਾਰ ਤੋਂ ਨਾਸ਼ ਹੋ ਕੇ ਚਲੇ ਗਏ। ਮਹਾਰਾਜ ਸਾਹਿਬ ਜੀ ਨੇ ਨਾਵਾਂ ਮਹੱਲਾ ਉਚਾਰਦਿਆਂ ਹੋਰ ਸਲੋਕ ਜੋ ਉਚਾਰੇ, ਰਾਮ ਗਯੋ ਰਾਵਣ ਗਯੋ, ਇਹ 50ਵਾਂ ਸਲੋਕ ਹੈ ਤੇ ਮਾਤਾ ਨਾਨਕੀ ਜੀ ਦੇ ਪ੍ਰਤੀ ਉਚਾਰਿਆ ਵੀ ਵੇਖੋ ਮਾਤਾ ਜੀ ਕਿੰਨਾ ਆਮ ਲੋਕਾਂ ਦੀ ਕੀ ਗੱਲ ਕਰੀਏ, ਰਾਮ ਜਿਹੜਾ ਅਵਤਾਰੀ ਪੁਰਖ ਮੰਨਿਆ ਹੈ ਉਹ ਰਾਮ ਚਲੇ ਗਿਆ ਸੰਸਾਰ ਚੋਂ ਸਰੀਰ ਛੱਡ ਕੇ ਅਤੇ ਰਾਵਣ ਗਯੋ, ਤੇ ਰਾਵਣ ਜਿਹੜਾ ਬੜਾ ਵੱਡਾ ਬਲੀ ਸੂਰਮਾ ਹੋਇਆ ਹੈ ਉਹ ਰਾਵਣ ਵੀ ਸੰਸਾਰ ਦੇ ਵਿੱਚੋਂ ਚਲਾ ਗਿਆ। ਜਾਕੋ ਬਹੁ ਪਰਿਵਾਰ, ਜਿਸ ਰਾਵਣ ਦਾ ਬਹੁਤਾ ਹੀ ਵੱਡਾ ਵੇਖੋ ਪਰਿਵਾਰ ਸੀ, 1 ਲੱਖ ਪੂਤ, 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਉਹ ਦੀਵਾ ਜਗਾਉਣ ਵਾਲਾ ਭਾਵ ਘਰ 'ਚ ਚਾਨਣ ਹੀ ਨਹੀਂ ਰਹਿ ਗਿਆ ਉਹਦੇ। ਮਹਾਰਾਜ ਕਹਿੰਦੇ ਵੀ ਆਮ ਦੀ ਕਿਹਦੀ ਗੱਲ ਕਰੀਏ, ਮਾਤਾ ਨਾਨਕੀ ਜੀ ਰਾਮ ਜੀ ਚਲੇ ਗਏ, ਰਾਵਣ ਚਲਾ ਗਿਆ ਜਿਹਦਾ ਬਹੁਤ